हेलो फ्रेंड्स, मैं तुहाडा अपना चंद्रमोहन, मैं स्वागत करदा तुहाडा अज्ज दे व्लॉग विच। ते मैं आशा करदा कि तुसी सारे, मैं तुहाडे लई अज्ज इक अनबॉक्सिंग लैके आया जोनी दे न्यूक्लियस एयरपॉड्स जी बड़ी। चलो आपां देखदे हां कि अनबॉक्सिंग विच की हुंदा है, ते चलो शुरू करदे हां। हाँ जी दोस्तों, चलो शुरू करते हैं दी अनबॉक्सिंग। ये है यू बडी दा फ्रॉम जियोनी एयरपोर्ट ट्रू वायरलैस स्टीरियो। इहदा जिहड़ा है टच सेंसर बहुत वधिया काम करदे ने, कंफर्टेबल डिजाइन है, स्लीक पॉकेट फ्रेंडली केस है, ते ये दी ब्रांडिंग है। तुसी देख इस तरह दा ये बॉक्स है। ते उस तो बाद आपां देखिए बैक कवर ते दित्तियां गईयां ने। इहदा प्रोडक्ट नेम है न्यूक्लियस 2। उस तो बाद इहदा मॉडल नंबर दित्ता, तुसीं पढ़ सकते हो। ते जिहड़ा ईयरबड दा वेट है वह 3.5 ग्राम है, ते 40 mAh बैटरी है इहदी। ते जिहड़ा इहदा चार्जिंग केस है उहदी 46 ग्राम वेट है। इसनूं जिहड़ी चार्जिंग वायर लगदी है वह USB टाइप सी लगदी है, ते जिहड़ा इसका ब्लूटूथ वर्जन है वह 5.0 है, जो कि कनैक्टिविटी विच वधिया काम करदी है। ਤੁਸੀਂ ਇਸ ਨੂੰ ਪਾਊਜ਼ ਕਰਕੇ ਵੀ ਦੇਖ ਸਕਦੇ ਹੋ। ਤੁਹਾਡੇ ਲਈ ਮੈਂ ਇਹ ਰੋਕ ਦਿੱਤੀ ਹੈ, ਤੁਸੀਂ ਵੀਡੀਓ 'ਤੇ ਪਾਊਜ਼ ਕਰ ਦਿੰਦੇ ਹੋ, ਅਤੇ ਮੈਂ ਥੋੜ੍ਹਾ ਤੁਹਾਡੇ ਲਈ ਜ਼ੂਮ ਕਰ ਦਿੰਦਾ, ਤੁਸੀਂ ਸਕਰੀਨ ਰੋਕ ਕੇ ਇਸ ਨੂੰ ਦੇਖ ਸਕਦੇ ਹੋ। ਜਨਵਰੀ 21 ਦੀ ਇਹ ਪ੍ਰੋਡਕਸ਼ਨ ਹੈ, ਅਤੇ ਚਲੋ ਆਪਾਂ ਇਹਦੀ ਸ਼ੁਰੂ ਕਰਦੇ ਹਾਂ ਅਨਬੋਕਸਿੰਗ। ਇਸ ਤਰ੍ਹਾਂ ਦਾ ਇਹ ਬੋਕਸ ਹੈ, ਬੋਕਸ ਦੇ ਵਿੱਚ ਪੈਕਿੰਗ ਰਹੀ ਆਪਣੀ, ਅਤੇ ਆਪਾਂ ਦੇਖਦੇ ਹਾਂ ਹੁਣ ਪੈਕਿੰਗ। ਅਤੇ ਚਲੋ ਆਪਾਂ ਦੇਖ ਲੈਂਦੇ ਹਾਂ ਬੋਕਸ ਵਿੱਚ ਹੋਰ ਕੀ ਹੈ। ਏਅਰਬਰਡਸ ਮਿਲਦੇ ਆ ਆਪਾਂ ਨੂੰ, ਆਪਾਂ ਆਪਣੇ ਸਾਈਜ਼ ਦੇ ਹਿਸਾਬ ਨਾਲ, ਈਅਰ ਦੇ ਸਾਈਜ਼ ਦੇ ਹਿਸਾਬ ਨਾਲ ਐਡਜਸਟ ਕਰ ਸਕਦੇ ਹਾਂ। ਜੋ ਇਹਦੇ ਨਾਲ ਮਿਲਦਾ ਮੈਨੂਅਲਸ, ਇਸ ਵਿੱਚ ਆਪਾਂ ਦੇਖ ਸਕਦੇ ਹਾਂ ਇਹ ਕਿਵੇਂ ਵਰਕ ਕਰਦਾ ਹੈ, ਤੁਸੀਂ ਵੀ ਦੇਖ ਸਕਦੇ ਹੋ। ਤੁਹਾਡੇ ਲਈ ਮੈਂ ਜ਼ੂਮ ਕਰ ਦਿੱਤਾ ਇਹਨੂੰ। ਜਦੋਂ ਆਪਾਂ ਟਰਨ ਆਨ ਕਰਨਾ ਤਾਂ ਕੇਸ ਵਿੱਚੋਂ ਕੱਢਣਾ, ਅਤੇ ਲੌਂਗ ਪ੍ਰੈਸ ਕਰਨਾ 2 ਸੈਕਿੰਡ। ਜਦੋਂ ਆਪਾਂ ਇਹਨੂੰ ਕੇਸ ਵਿੱਚੋਂ ਕੱਢ ਲਾਂਗੇ ਤਾਂ ਆਪਾਂ ਨੂੰ ਆਪਣੇ ਫੋਨ ਦੀ ਬਲੂਟੂਥ ਔਨ ਕਰਨੀ ਪਵੇਗੀ, ਉੱਥੇ ਆਪਾਂ ਨੂੰ ਸ਼ੋ ਹੋ ਜਾਵੇਗਾ, ਅਤੇ ਆਪਾਂ ਇਹਨੂੰ ਅਟੈਚ ਕਰ ਲਵਾਂਗੇ। ਅਗਰ ਆਪਾਂ ਇਹਨੂੰ ਪੇਅਰ ਕਰਕੇ ਪਿਛਲਾ ਤਾਂ 3 ਵਾਰ ਟੈਪ ਕਰਨਾ ਪਏਗਾ ਆਪਾਂ ਨੂੰ ਰਾਈਟ ਈਅਰਫੋਨ 'ਤੇ, ਅਤੇ ਨੈਕਸਟ ਸੌਂਗ ਲਗਾਉਣਾ ਹੈ ਤਾਂ ਲੈਫਟ ਈਅਰਫੋਨ 'ਤੇ 3 ਟਾਈਮਸ ਟੈਪ ਕਰਨਾ ਪਏਗਾ। ਅਗਰ ਵੋਲੀਅਮ ਪਲੱਸ ਕਰਨੀ ਹੈ ਤਾਂ 2 ਟਾਈਮਸ ਆਪਾਂ ਨੂੰ ਟੈਪ ਕਰਨਾ ਪਏਗਾ, ਤੁਸੀਂ ਦੇਖ ਸਕਦੇ ਹੋ। ਅਗਰ ਪਲੇ ਪਾਊਜ਼ ਕਰਨਾ ਹੈ ਆਪਾਂ ਸੌਂਗ ਨੂੰ ਜਾਂ ਵੀਡੀਓ ਨੂੰ ਕੁਛ ਵੀ, ਅਗਰ ਪਲੇ ਸਿੰਗਲ ਟੈਪ ਕਰ ਦਿਓ, ਦੋਨਾਂ ਈਅਰਫੋਨ ਤੋਂ ਕਿਸੇ ਵੀ ਟੈਪ ਕਰ ਸਕਦੇ ਹੋ ਤੁਸੀਂ। ਇਹ ਵਧੀਆ ਦਿੱਤਾ ਇਹਨਾਂ ਨੇ, ਇਹਦੀ ਸਪੈਸੀਫਿਕੇਸ਼ਨ ਦਿੱਤੀ ਹੈ, ਬਲੂਟੂਥ ਰੇਂਜ ਹੈਗੀ 10 ਮਿੰਟ। ਉਸ ਤੋਂ ਬਾਅਦ ਸਟੈਂਡ ਬਾਏ ਟਾਈਮ ਹੈਗਾ 190 hours, ਅਤੇ 300 mAh ਬੋਕਸ ਦੇ ਵਿੱਚ ਬੈਟਰੀ ਮਿਲਦੀ ਹੈ, ਅਤੇ ਟੱਚ ਸੈਂਸਰ ਵਧੀਆ ਕੰਮ ਕਰਦੇ ਨੇ, 1.5 ਘੰਟੇ ਵਿੱਚ ਫੁੱਲ ਚਾਰਜ ਹੋ ਜਾਏਗਾ। ਗੂਗਲ ਔਰ ਸਿਰੀ ਦੋਨੇ ਵਰਕ ਕਰਦੀਆਂ ਨੇ ਇਸ ਵਿੱਚ ਪ੍ਰੋਪਰ, ਤੁਸੀਂ ਦੇਖ ਸਕਦੇ ਹੋ। ਇਹਦੇ ਨਾਲ ਮੈਨੂਅਲ ਕਹਿ ਸਕਦੇ ਹਾਂ, ਪੁਸਤਕ ਵੀ ਕਹਿ ਸਕਦੇ ਹਾਂ, ਇਹਦਾ ਵਾਰੰਟੀ ਕਾਰਡ ਵੀ ਦਿਖਾਉਣਾ ਤੁਹਾਨੂੰ ਮੈਂ, ਇਹਦਾ ਵਾਰੰਟੀ ਕਾਰਡ ਹੈ। ਚਲੋ ਆਪਾਂ ਦੇਖਦੇ ਹਾਂ ਸਮਾਨ ਇੱਕ ਸਾਈਡ ਕਰ ਦਿੰਦੇ ਹਾਂ। ਹਾਂਜੀ ਫਰੈਂਡਸ, ਤੁਹਾਨੂੰ ਦਿਖਾਉਣਾ ਹੈ ਦੀ ਬਿਲਡ ਕੁਆਲਿਟੀ, ਚਲੋ ਦੇਖਦੇ ਹਾਂ ਆਪਾਂ। ਵਾਹ, ਇਸ ਦੇ ਵਿੱਚ LED ਲਾਈਟ ਵਰਕਿੰਗ ਹੈ, ਜੋ ਕਿ ਦਿਖਾਉਂਦੀ ਹੈ ਵਰਕ ਕਰ ਰਿਹਾ। ਦੋਨੋਂ ਆਪਾਂ ਬਾਹਰ ਕੱਢਦੇ ਹਾਂ ਕੇਸ 'ਚੋਂ ਏਅਰਪੋਰਟਸ,
ਤਰ੍ਹਾਂ ਦੇ ਦਿਖਦੇ ਨੇ ਤੁਸੀਂ ਦੇਖ ਸਕਦੇ ਹੋ। ਜਦੋਂ ਆਪਾਂ ਦੋਨਾਂ ਨੂੰ ਇਕੱਠੇ ਰੱਖ ਲੈਂਦੇ ਹਾਂ ਤਾਂ ਇਹ ਫੋਨ ਨਾਲ ਪੇਅਰ ਕਰ ਦਿੰਦੇ ਨੇ, ਆਟੋਮੈਟਿਕਲੀ ਹੋ ਜਾਂਦਾ ਹੈ। ਇਹਦੀ ਕੁਆਲਿਟੀ ਬਹੁਤ ਹੀ ਸੋਹਣੀ ਹੈ ਅਤੇ ਨੀਚੇ ਇਹਦੇ ਹੈਗੇ ਚਾਰਜਿੰਗ ਪੁਆਇੰਟਸ ਜੋ ਆਪਾਂ ਬੋਕਸ ਦੇ ਵਿੱਚ ਵਾ ਕੇ ਚਾਰਜ ਕਰਦੇ ਹਾਂ। ਇਹ ਹੈਗੀ ਇਹਦੀ ਬ੍ਰਾਂਡਿੰਗ ਜੀਓਨੀ ਦੀ ਬੋਕਸ ਦੇ ਉੱਤੇ ਅਤੇ ਪਿੱਛੇ ਇਹਦੇ ਲਿਖਿਆ ਹੋਇਆ ਇਹਦੀ ਵਾਰੰਟੀ ਵਗੈਰਾ, ਇਹਦੀ ਬ੍ਰਾਂਡਿੰਗ। ਜਿੱਥੋਂ ਆਪਾਂ ਇਹਨੂੰ ਚਾਰਜ ਕਰਦੇ ਹਾਂ ਅਤੇ ਮੈਂ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਇੱਕ। ਇਹ ਮਤਲਬ ਬਹੁਤ ਲਾਈਟ ਵੇਟ ਹੈ, ਕਾਫੀ ਲਾਈਟ ਵੇਟ ਨੇ। ਮਤਲਬ ਜਿਵੇਂ ਮਰਜ਼ੀ ਤੁਸੀਂ ਪੋਕਟ ਵਿੱਚ ਦਿਖਾ ਰਿਹਾ ਹੈ ਚਾਰਜ ਹੋ ਰਹੇ ਨੇ, ਤੁਸੀਂ ਵੀ ਚੈੱਕ ਕਰ ਸਕਦੇ ਹੋ। ਲਾਈਟ ਚੱਲ ਰਹੀ ਹੈ, ਬਲੂ ਲਾਈਟ ਚੱਲ ਰਹੀ ਹੈ। ਹਾਂਜੀ ਫਰੈਂਡਸ, ਤੁਹਾਨੂੰ ਮੈਂ ਚਾਰਜ ਕਰਕੇ ਦਿਖਾਉਂਦਾ ਹਾਂ ਆਪਣੀ ਪਾਵਰ ਬੈਂਕ ਨਾਲ। ਇਹ ਤੁਸੀਂ ਦੇਖ ਸਕਦੇ ਹੋ ਸੀ ਟਾਈਪ ਕੇਬਲ ਹੈ, ਇਹਨੂੰ ਇਸ ਤਰ੍ਹਾਂ ਲਗਾ ਅਤੇ ਇਹ ਤੁਸੀਂ ਦੇਖ ਸਕਦੇ ਹੋ ਰੈੱਡ ਲਾਈਟ ਬਲਿੰਕ ਹੋ ਰਹੀ ਹੈ ਅਤੇ ਇਹ ਚਾਰਜ ਹੋ ਰਹੇ ਹੈ ਏਅਰਪੋਰਟ, ਇਹ ਕੇਸ ਚਾਰਜ ਹੋ ਰਿਹਾ ਅਤੇ ਏਅਰਪੋਰਟ ਵੀ ਚਾਰਜ ਹੋ ਰਹੇ ਨੇ। ਇਸ ਤਰ੍ਹਾਂ ਵਰਕਿੰਗ ਕਰਦਾ ਹੈ ਪ੍ਰੋਪਰ ਇਹ, ਅਤੇ ਮੈਂ ਆਸ਼ਾ ਕਰਦਾ ਤੁਹਾਨੂੰ ਇਹ ਅਨਬੋਕਸਿੰਗ ਵਧੀਆ ਲੱਗੀ ਹੋਵੇਗੀ। ਹਾਂਜੀ ਫਰੈਂਡਸ, ਅਤੇ ਮੈਨੂੰ ਦੱਸਿਓ ਇਹਦੀ ਆਡੀਓ ਕੁਆਲਿਟੀ ਕਿਵੇਂ ਲੱਗੀ, ਅਤੇ ਮੈਨੇ ਇਹ ਪੇਅਰ ਕਰ ਲਏ ਨੇ ਅਤੇ ਇਹਦੇ ਨਾਲ ਹੀ ਕਰ ਰਿਹਾ ਮੈਂ। ਇਹ ਦੇਖੋ ਤੁਸੀਂ ਸੈੱਟ ਕਰ ਲਏ ਮੈਨੇ ਰਾਈਟ ਈਅਰ ਵਿੱਚ, ਅਤੇ ਮੈਨੂੰ ਆਡੀਓ ਕੁਆਲਿਟੀ ਦੇ ਵਿੱਚ ਸੁਝਾਅ ਦਿਓ ਕਿ ਤੁਹਾਡਾ ਕੀ ਸੁਝਾਅ ਹੈ ਅਤੇ ਤੁਹਾਨੂੰ ਕਿਵੇਂ ਲੱਗੀ ਇਹਦੀ ਵੋਇਸ ਰਿਕਾਰਡਿੰਗ, ਅਤੇ ਮੈਨੂੰ ਇਹ ਦੱਸਿਓ ਕਿ ਮੈਂ ਇਹਦੇ ਨਾਲ ਵੀਡੀਓ ਰਿਕਾਰਡਿੰਗ ਕਰ ਸਕਦਾ, ਵਲੌਗ ਬਣਾ ਸਕਦਾ। ਮੈਨੂੰ ਸੁਝਾਅ ਦਿਓ ਕਿ ਮੈਂ ਟਰਾਈ ਕਰਾਂ ਇਹਨੂੰ, ਅਤੇ ਮੇਰੇ ਚੈਨਲ ਚੰਦਰ ਮੋਹਨ ਵਲੌਗਸ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਅਤੇ ਤੁਹਾਡੇ ਲਈ ਮੈਂ ਨਵੀਆਂ ਨਵੀਆਂ ਅਨਬੋਕਸਿੰਗ ਲੈ ਕੇ ਆਵਾਂਗਾ, ਅਤੇ ਮੈਨੂੰ ਦੱਸਿਓ ਤੁਹਾਨੂੰ ਕਿਵੇਂ ਲੱਗੀਆਂ ਅਨਬੋਕਸਿੰਗ।